आल्टी न्यूज़ चैनल दे विच तुहाडा स्वागत। जलंधर सुनियारा बाजार दे विच एक हाई वोल्टेज ड्रामा रचिया गया ते होया जदों बगैर वर्दी दे एक पुलिस मुलाजम चोर नूं लै के उहदी तफतीश करन सिद्धा ही सुनियारे बाजार दे विच पहुंच गया। इस वीडियो नूं लास्ट तक देखना ताकि तुहानूं इह पूरे माजरे दा पता लग सके। इस बारे अपने कमेंट्स भी देना कि इहदे विच किसका कसूर लगता है ते अजिहियां घटनावां क्यों वापरदियां। असीं कहने भाई 10 वारी दित्ता ਇਹੀ ਚੋਰ ਨੂੰ ਲੈ ਕੇ ਜਾਓ ਥਾਣੇ ਵਾਲਾ ਐਸਐਚਓ ਆਵੇ। ਚੋਰਿਆਂ ਨੂੰ ਫਾਲੋ ਅਪ ਕਰੀ ਜਾਂਦਾ ਪਿਆ। ਦੁਕਾਨ ਤੇ ਏਦਾਂ ਬੰਦਾ ਬੈਠਾ ਸੀ, ਕੋਈ ਸੋਨਾ ਦੁਕਾਨ ਤੇ ਗਲਾਇਆ, ਇਹਨਾਂ ਨੇ ਸਾਰਾ ਕੁਛ ਏਦਾਂ ਕੀਤਾ। ਦੁਕਾਨ ਫਲਾਨੇ ਟਾਈਮ ਤੇ ਗੁੱਲੀ ਸੀ ਧਮਕਾਨੇ ਉਹਨੂੰ ਆਪ ਬਿਆਨ ਦਵਾਉਂਦੇ ਆਏ ਬੰਦੇ ਇੰਨੇ ਲੈ ਕੇ ਆਏ ਸੀ ਸਾਡੇ ਬਾਜ਼ਾਰ ਦੇ ਚੋਰ ਦੀ ਸ਼ਕਲ ਦੇਖੋ ਸੀਪੀ ਦਫ਼ਤਰ ਵਾਲੇ ਤੈਨੂੰ ਕਹਿੰਦੇ ਤੂੰ ਆਪੇ ਇਨਵੈਸਟੀਗੇਸ਼ਨ ਕਰੀ ਜਾ ਬਿਨਾਂ ਸਾਰਾ ਕੁਛ ਤੋਂ। ਭਰਾਵਾ ਤੂੰ ਦੁਕਾਨ ਤੇ ਕਿੱਦਾਂ ਖੜਿਆ? ਤੂੰ ਮੇਰੇ ਥੱਲੇ ਉੱਤਰ, ਤੂੰ ਇੱਧਰ ਆ ਇੱਧਰ। ਉਹ ਤੂੰ ਕਾਰਡ ਕਰ ਕਾਲ, ਆਪਾਂ ਮੌਕੇ ਦੇ ਅਫਸਰ ਨੂੰ ਲਵਾਂਗੇ। ਮੈਂ ਅਮੀ ਆਪ ਹੀ ਆਪ ਹੈ ਮੁਝੇ ਮਾਰ ਆਣ ਕੇ ਨਹੀਂ ਆਈ ਹੈ। ਸਿਸਪੀ ਦਫ਼ਤਰ ਨੇ ਭੇਜਿਆ ਜੀ ਸਾਨੂੰ, ਸਾਡੇ ਚਾਰ ਗਾਹਕ ਬੈਠੇ ਦੁਕਾਨ ਤੋਂ, ਉਹਨਾਂ ਨੂੰ ਉਠਾ ਕੇ ਆਇਆ ਬਹਿ ਗਿਆ ਵਿੱਚ। ਭਾਜੀ ਕਿਹੜੇ ਥਾਣੇ ਪਰਚਾ ਹੋਇਆ ਚੋਰ ਤੇ? ਕਿਹੜੇ ਥਾਣੇ ਪਰਚਾ? ਭਾਜੀ ਚੋਰ ਨੇ ਸਿੱਧਾ ਕਿਹਾ ਸੀਗਾ ਮੈਨੂੰ, ਪ੍ਰਾਈਵੇਟ ਬਸਤੀ ਪੂਜਾ ਨੂੰ ਬਾਵਾ ਖੇਲਦਾ ਏਰੀਆ ਪੈਂਦਾ ਵੱਡੇ ਭਾਜੀ। ਮੁਲਾਜ਼ਮ ਵੱਲੋਂ ਪਿਆ ਜਾ ਰਿਹਾ ਕਿ ਮੈਂ ਡਿਊਟੀ ਤੇ ਨਹੀਂ ਹੈਗਾ, ਮੈਂ ਇਨਸਾਨੀਅਤ ਦੇ ਨਾਤੇ ਇੱਥੇ ਆਇਆ। ਇਨਸਾਨੀਅਤ ਭਾਜੀ ਦੀ ਬੇਟੀ ਏਡੀ ਵੱਡੀ, ਮਤਲਬ ਜੋ ਉਹਨੇ ਬਾਹਰੋਂ ਸੁਣਿਆ ਇਹਨਾਂ ਕੋਲੋਂ ਕਿ ਬੇਟੀ ਸੀ, ਕੱਲ ਉਹਨਾਂ ਦੀ ਬੇਟੀ ਸੀ, ਪੂਜਾ ਬੇਟੀ ਸੀ।
ਆਣ ਕੇ ਇੱਥੇ ਧੱਬੇ ਮਾਰਨ ਦਿਆ ਯਾਰ ਸਾਨੂੰ ਧੱਬਾ ਕਿਉਂ ਮਾਰਿਆ ਮੈਂ ਬਾਜੀ ਤੁਸੀਂ ਕਿੰਨੇ ਬੰਦੇ ਤੁਸੀਂ ਲੈ ਕੇ ਆਏ ਹੋ ਲੋ ਖੁਦਾਈ ਕਾ ਲਿਆ ਬੰਦੇ ਦੁਕਾਨਾਂ ਤੇ ਲੈ ਕੇ ਆਏ ਹੋ ਹੈ ਅਸੀਂ ਕੋਈ ਚੋਰ ਨਹੀਂ ਆ ਸੁਨਿਆਰਿਆ ਵਿਆਹ ਦਾ ਮੌਲਾ ਅਸੀਂ ਇੰਨੇ ਸਾਲ ਤੋਂ ਗੋਲੀ ਮਾਰ ਕੇ ਜਾਂਦੇ ਨੇ ਉਹਨੂੰ ਲੈ ਜਾਓ ਨਾ ਖਾਣੇ ਨੂੰ ਖਾਣਾ ਲੈ ਕੇ ਆਓ ਤੁਹਾਡਾ ਇਹਨੂੰ ਇੱਥੋਂ ਹਿੱਲੇਗਾ ਵੀ ਨਹੀਂ ਉਹਨੇ ਹਾਂ ਪੁਲਿਸ ਵਾਲੇ ਬੰਦ ਕਰੋ सानू कहंदे पैसे दे दो सानू कहंदे 7 लाख रुपया दो जी तुसीं मेरी गल तो सुनो तुम 7.5 लाख रुपया फड़ाओ मेरे असि थाने चले झूठी पुलिस लैके आनी दो घंटे सानू हरास करके दुकानदारी खराब करके साडा दिन त्योहार खराब करके बरादरी गल करो इन्हें आयो झूठिया गल क्या बरादरी है ये ऐदा बोता चल झूठी गल अपने को लाई जाता वा आयो फिर इन गल भी मैंने जय जी कही पे कोई नी कुछ नी बोलिया ठीक है कोई नी मैं वीडियो दिखा दिना कोई चक्कर नहीं चोर का कहना रात का फड़िया पे इन्होंने कितने रखे ਫੜਿਆ ਥੋੜੀ ਆ ਉਹਦੇ ਆਪ ਸਾਡੇ ਕੋਲ ਆਇਆ ਕਹਿੰਦਾ ਮੈਂ ਸਵੇਰੇ ਦੁਕਾਨਾਂ ਬੰਦ ਹੋ ਗਈਆਂ ਮੈਂ ਸਵੇਰੇ ਤੁਹਾਨੂੰ ਲੈ ਕੇ ਉਹ ਕਹਿੰਦਾ ਰਾਤ ਦਾ ₹5000 ਲੈ ਕੇ ₹10000 ਫੇਰ ਲੈਣ ਆਣਾ ਸੀਨੇ ਮੇਰੇ ₹40000 ਦੀਆਂ ਚੀਜ਼ਾਂ ₹5000 ਚ ਰੱਖ ਦਿੱਤੇ ਆ ਆ ਦੁਕਾਨ ਤੇ ਕਹਿੰਦਾ ₹10000 ਅੱਜ ਮੈਂ ਫੇਰ ਲੈਣ ਆਣਾ ਸੀ ਮੈਂ ਕਿਹਾ ਸਾਨੂੰ ਵੀ ਲੈ ਕੇ ਚੱਲ ਅਸੀਂ ਪੁੱਛ ਕੇ ਆਈਏ ਸਾਡੀ ਚੀਜ਼ਾਂ ਕਿੱਥੇ ਰੱਖੀਆਂ ਭਾਈ ਜਿੰਨਾ ਤੁਸੀਂ ਇੱਥੇ ਆ ਕੇ ਤੁਸੀਂ ਬੋਲੇ ਹੋ ਨਾ ਸਵੇਰੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਰੇ ਜਿਹੜੇ ਆ ਦੇਖੋ ਸਾਡੀਆਂ ਦੁਕਾਨਾਂ ਕੋਈ ਚਿਕਚੜੀਆਂ ਪੁੱਚੜੀਆਂ ਨਹੀਂ ਹੈਗੀਆਂ ਕਿ ਰੁਪਈਏ 2 ਰੁਪਏ ਦਾ ਮਾਲ ਲੈ ਕੇ ਲੋਕਾਂ ਨੂੰ ਅਸੀਂ ਤੁਹਾਨੂੰ ਕੱਲ੍ਹ ਹੀ ਕਹਿੰਦੇ ਅਸੀਂ ਉਹਨਾਂ ਕੋਲ ਤੋਂ ਕਹਿੰਦੇ ਪਏ ਆ ਇਹਨੂੰ ਲੈ ਕੇ ਥਾਣੇ ਕਿਉਂ ਨਹੀਂ ਲੈ ਕੇ ਗਏ ਤੁਸੀਂ ਪਹਿਲਾਂ ਮੈਨੂੰ ਤੁਸੀਂ ਕਿਹਾ ਤਾਂ ਜਵਾਬ ਤੁਸੀਂ ਲੈ ਕੇ ਥਾਣੇ ਕਿਉਂ ਨਹੀਂ ਗਏ ਥਾਣੇ ਕਿਉਂ ਨਹੀਂ ਲੈ ਕੇ ਗਏ ਪਹਿਲਾਂ ਮੈਨੂੰ ਸਾਡੇ ਘਰ ਚੋਰੀ ਹੋਵੇ ਚੋਰੀ ਹੋਵੇ ਥਾਣੇ ਕਿਉਂ ਨਹੀਂ ਲੈ ਕੇ ਜਾਂਦੇ ਤੁਸੀਂ ਉਹਨਾਂ ਦੇ ਗਲਤ ਨਹੀਂ ਬੋਲਦਾ ਵੀ ਮੈਂ ਕੋਈ ਵੀ ਥਾਣੇ ਕਿਉਂ ਨਹੀਂ ਲੈ ਕੇ ਗਏ ਇਹਨੂੰ ਥਾਣੇ ਕਿਉਂ ਨਹੀਂ ਲੈ ਕੇ ਗਏ ਕੁੜੀ ਚੋਦੇ ਨੂੰ ਕਹਿੰਦਾ ਝੂਠੀਆਂ ਗੱਲਾਂ ਕਰਾਉਂਦਾ ਪਿਆ ਬੜੀ ਹੋਈ ਕੋਈ ਗੱਲ ਤੇ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਕੀਤੀ ਸ਼ੁਰੂਆਤ ਤੁਹਾਡੀ ਸ਼ੁਰੂਆਤ ਤੁਹਾਡੇ ਕੋਈ ਸਾਰੇ ਸਾਡੇ 7 ਲੱਖ ਰੁਪਏ ਦਾ ਮਾਲ ਚੋਰੀ ਕਰਕੇ ਇਸ ਦੁਕਾਨ ਤੇ ਵੇਚਿਆ ਇਹਨੇ
तीन बारी वेचे ने बस तूने चोरी की थी इनके घर में की थी उन्होंने इनका सोना यहाँ बेचा था कहाँ पे कहाँ पे कोई दुकान वो दुकान पे बेचे ठीक है इन्होंने तुमको कब का पकड़ा हुआ है ऐसे मैंने दो मिनट तुम चुप करो कब का पकड़ा हुआ है रात का कल रात का कहाँ रखा इन्होंने घर पे क्या बताया था रोटी पानी सब कराया ना वो अब रो क्यों रो क्या हुआ सर घर जाना मेरी माँ जो घर जाना पहले कहने तक लिए कर घर जाना मेरा सोना ले कितने सात लाख मुलाजम लैके आंदे थाने कंप्लेंट कराते आधा तुम ट्रैप करके पाया पता नहीं किन्ना कुमार चोर नू अपने घर च बंदी बना के रखी है इन्होंने रखिया क्यों रखिया रखिया नहीं भाई कितने रखिया उन्होंने एक मिनट सवेरे सुनहरे को लेके जाऊं एक मिनट कितने रखिया घर के रखिया कदों का रखिया बिना वर्दी तो बिना मुलाजमान मुलाजमान इन्वेस्टिगेशन करो पता नहीं कितना वरिंदर सिंह कॉन्स्टेबल लिखा हुआ है जो अधिकारियों ने गलबात नहीं की अगले मामले भाई मेरी गल सुनो मेरे नौकरी ने फोन किया ठीक है मैं इन्हों का भी सोचा मैं क्या बेइज्जती दी पुलिस आउंदी है जो भी आ भाई ने उदा गल कर लेंगे भाई ने पंच मिनट ने की कहे दो मिनट गल की इन्होंने दुकान ते आ गए जदों उधरली दुकान दो मिनट बज गए भाई तुहानू जे तुसी इत्थे आए दुकान दे उत्ते तुसी इस एरिया दी पुलिस नु लेके आ सकदे जेड़ा थाना लैंदा सुन
ਬੰਦਾ ਜਿਹੜੇ ਦੁਕਾਨਦਾਰ ਕੋਲ ਮੈਂ ਆਇਆ ਉਹਨਾਂ ਪੁੱਛ ਮੈਂ ਕਿੱਦਾਂ ਗੱਲ ਕੀਤੀ ਆ ਉਹਨੂੰ ਪੁੱਛ ਲਓ ਦੀ ਠੀਕ ਆ ਮੈਂ ਤੇ ਡਿਊਟੀ ਨਹੀਂ ਆਇਆ ਇਹਦੇ ਮੈਂ ਡਿਊਟੀ ਦੇ ਤੌਰ ਤੇ ਨਹੀਂ ਆਇਆ ਠੀਕ ਆ ਮੈਂ ਇਹ ਤੇ ਕਾਰਡ ਕਾਰਡ ਕਿਉਂ ਕੱਢੀ ਦਿੱਤੀ ਡਿਊਟੀ ਦੇ ਤੌਰ ਤੇ ਇੱਧਰ ਇੱਧਰ ਆ ਤੂੰ ਮਲਾਈ ਲੱਗਦਾ ਇਹ ਗੱਲ ਨਹੀਂ ਕਰਦਾ ਗੱਲ ਨਹੀਂ ਨੇ ਪਹਿਲਾਂ ਮੁੰਦਰੀ ਭੇਜੀ ਇਹਦੇ ਹੱਥ ਅੰਦਰ ਮੈਂ ਹਜੇ ਸ਼ਟਰ ਖੋਲਿਆ ਹੀ ਸੀਗਾ ਤੇ ਮੈਨੂੰ ਕਹਿੰਦਾ ਭਾਈ ਮੁੰਦਰੀ ਲੈ ਲਓ ਮੈਂ ਕਿਹਾ ਕੌਣ ਆ ਤੂੰ ਮੈਂ ਤੇ ਲੈਂਦਾ ਹੀ ਨਹੀਂ ਕਹਿੰਦਾ ਭਾਈ ਅੱਗੇ ਪੁੱਛਣੇ ਮੈਂ ਕਹਿੰਦਾ ਹੈਲੋ ਉਹ ਚਲਿਆ ਤਾਂ ਇਹਨੇ ਕਿਹਾ ਤਾਂ ਤੂੰ ਕੌਣ ਹੈ ਕਿ ਅਸੀਂ ਮੁੰਦੀ ਨਹੀਂ ਲੈਣੀ ਕਿਹਾ ਤੇ ਕੱਲ ਕਿਤੋਂ ਤੇ ਕੋ ਮੁੰਦੀ ਲੈ ਲਈ ਫੇਰ ਆਣਾ ਨੇ ਕੱਲ ਤੋਂ ਮਾਰਕੀਟ ਤੋਂ ਲੈ ਇਹਨੂੰ ਇਨਕੋ ਵੇਚੀ ਦੀ ਮੈਨੂੰ ਪਤਾ ਭਾਈ ਪੁਲਿਸ ਆਇਆ ਮਾਰਦਾ ਨਹੀਂ ਮਾਰਦਾ ਇਨਕੋ ਵੇਚੀ ਦੀ ਮੁੰਦਰੀ ਹੈ ਇਨਕੋ ਆਜ ਮਨਾ ਕਰ ਦਿਆ ਉਹਨਾਂ ਨੇ ਲੈਣੇ ਕੋ ਕਿਉਂ ਆਜ ਮੈਨੇ ਕਿਉਂ ਮਨਾ ਕਰ ਦਿਆ ਮੁਝੇ ਕਾ ਪਤਾ ਕੌਣ ਹੈ ਕੈਮਰੇ ਚੈੱਕ ਕਰੋ ਸਾਡੇ ਬਾਜ਼ਾਰ ਦੇ ਬੰਦੇ ਨੇ ਕਿਸੇ ਨੇ ਜੇ ਸਮਾਨ ਲਿਆ ਹੋਊਗਾ ਅਸੀਂ ਦੇਣ ਵਾਲੇ ਮਗਰ ਸਾਡੇ ਬਾਜ਼ਾਰ ਦੇ ਇੱਕ ਕੈਮਰੇ ਆ ਦੇਖ ਲਓ ਪੂਰੀ ਮਾਰਕੀਟ 'ਚ ਦੇਖ ਲਓ ਇਹ ਬੰਦਾ ਸਾਡੀ ਗਲੀ 'ਚ ਵੀ ਕੱਲ ਪਰਸੋਂ ਚੌਥ ਵੀ ਆਇਆ ਹੋਊਗਾ ਅਸੀਂ ਦੇਣਦਾਰ ਆ ਤੇ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਚੋਰ ਨੂੰ ਧਮਕਾਇਆ ਗਿਆ ਵਾ ਭਾਜੀ ਜਿਹੜੇ ਬੰਦਿਆਂ ਨੇ ਰਾਤ ਦਾ ਉਹਨੂੰ ਚੱਕਿਆ ਇਹ ਮੁਲਾਜ਼ਮ ਸਾਹਿਬ ਨੇ ਇਹ ਆਪਣੇ ਆਪ ਨੂੰ ਮੁਲਾਜ਼ਮ ਦੱਸਦੇ ਨੇ ਸਾਨੂੰ ਨਹੀਂ ਪਤਾ ਹੈਗੇ ਕਿ ਨਹੀਂ ਹੈਗੇ ਕਿਉਂਕਿ ਨਾ ਆ ਵਰਦੀ 'ਚ ਨੇ ਨਾ ਆ ਵਰਦੀ 'ਚ ਨੇ ਨਾ ਆ ਕੁਛ ਨੇ ਇਹ ਪਿੱਛੇ ਡਿਸਟ੍ਰਿਕਟ ਗੁਰਦਾਸਪੁਰ ਲਿਖਿਆ ਭਾਈ ਵਿਦੇ ਜਲੰਧਰ ਸਿਟੀ ਅੱਗੇ ਅੱਗੇ ਹੁੰਦਾ ਆ ਇਹਦਾ ਘਰ ਦਾ ਐਡਰੈਸ ਆ ਠੀਕ ਹੈ ਸਾਨੂੰ ਕੀ ਪਤਾ ਭਾਈ ਕਿੱਥੋਂ ਆਏ ਕਿੱਥੇ ਨਹੀਂ ਆਏ ਭਾਈ ਉਹ ਲਿਖਿਆ ਜੀ ਸਾਡੇ ਆ ਕੇ ਕੈਮਰਿਆਂ 'ਚ ਖੋਲਣ ਲੱਪੇ ਜੇ ਕਰੋ ਉਹ ਕਰੋ ਪ੍ਰੈਸ਼ਰਾਈਜ਼ ਕਰਨ ਲੱਪੇ ਤਿੰਨਾਂ ਚਾਰਾਂ ਬੰਦਿਆਂ ਨੂੰ ਸਾਡਾ ਬਾਜ਼ਾਰ ਕੋਈ ਚੋਰਾਂ ਚੱਕਿਆ ਨਾ ਬਾਜ਼ਾਰ ਥੋੜਾ ਨਾ ਕਿ ਜਿਹੜਾ ਮਰਜ਼ੀ ਆਵੇ ਅੰਦਰ ਆ ਕੇ ਬਹਿ ਜਾਏਗਾ ਤੇ ਸਮਾਂ ਅਸੀਂ ਗਾਹਕ ਨਹੀਂ ਸਵੇਰ ਦਾ ਕੋਈ ਦੇਖਿਆ ਤੇ ਭਾਈ ਆ ਕੇ ਦੁਕਾਨ ਤੇ ਬਹਿ ਗਏ ਜਦ ਕਿ ਜੇ ਤੁਸੀਂ ਆਣਾ ਕੋਈ ਮੁਲਾਜ਼ਮ ਨੂੰ ਖੋਲੇ ਹੀ ਆ ਜੀ ਤੁਸੀਂ ਮੁਲਾਜ਼ਮ ਕਿਸੇ ਹੋਰ ਥਾਣੇ ਦਾ ਲੈ ਕੇ ਆਓ ਕੋਈ ਗੱਲ ਕਰੋ ਕੋਈ ਕਿੱਦਾਂ ਇਹ ਤੇ ਭਾਈ ਡਾਇਰੈਕਟਰ ਹੀ ਆ ਕੇ ਤਸਬ ਕਰਨ ਲੱਪੇ ਇਹਦੇ ਪੈਸੇ ਮਨਾਣੀ ਆਏ ਸੀਗੇ ਤੁਸੀਂ ਪੈਸੇ ਦਿਓ ਕਾਹਦੇ ਇਹ ਬਾਜ਼ਾਰ ਨਾਲ ਸਹਿਮਤੀ ਨਾ ਹੋਵੇ ਸਾਡੇ ਬਾਜ਼ਾਰ ਦੀ ਕਿੰਨੇ ਦੀ ਡਿਮਾਂਡ ਕਿੰਨੇ ਕਿੰਨੇ ਦੀ ਕਿੰਨੇ ਕਿੰਨੇ ਦੀ ਕਹਿੰਦੇ ਸੀ ਪੈਸੇ ਦੀ ਆ ਕੇ ਡਿਮਾਂਡ ਇਹਨਾਂ ਦੇ ਪਹਿਲਾਂ ਸਾਨੂੰ ਸਿਰਫ ਕਿਆ 7.5 ਲੱਖ ਰੁਪਏ ਦਾ ਸਾਡਾ ਸਮਾਨ ਚੋਰੀ ਹੋਇਆ ਦਾ ਡਿਮਾਂਡ ਨਹੀਂ ਕੋਈ ਕੀਤੀ ਕਹਿੰਦੇ ਸਾਡਾ 7.5 ਲੱਖ ਰੁਪਏ ਦਾ ਸੋਨਾ ਚੋਰੀ ਹੋਇਆ ਦਾ ਔਰ ਇਹ ਬੰਦਾ ਕਹਿ ਰਿਹਾ ਵਾ ਇੱਧਰ ਆ ਹੀਰੋ ਕਹਿੰਦਾ ਕਿ ਮੈਂ ਨਾ ਐਡੀ ਵੱਡੀ ਮੁੰਦਰੀ ਐਡੀ ਵੱਡੀ ਮੁੰਦਰੀ ਤੇ 3-4 ਵਾਲੀਆਂ ਦੇ ਜੋੜੇ ਭਾਜੀ ਦੇ ਦੁਕਾਨ ਤੇ ਗਾਲ ਕੇ ਲਏ ਆ ਸਾਰੇ ਕੱਪੜੇ ਵਾਲਾ ਵੀ ਆਇਆ ਜੋੜੀ ਆਪਣੇ ਸ਼ੋਰੂਮ ਤੇ ਗਾਲ ਕੇ ਲਏ ਸਮਾਨ ਜੋ ਜੋ ਫੋਲੋ ਉਹਨਾਂ ਦੇ ਨਾਲ ਆਏ ਬੰਦੇ ਇਹਨਾਂ ਨੂੰ ਦੱਸ ਰਹੇ ਸੀ ਇਹ ਉਹਨਾਂ ਨੂੰ ਫੋਲੋ ਕਰ ਰਹੇ ਆ ਕਿੰਨੇ ਕਿੰਨੇ ਕੁੱਟਿਆ ਤੈਨੂੰ ਭਾਜੀ ਉਹ ਪੁਲਿਸ ਵਾਲੇ ਲਈ ਉਹ ਸਮਾਨ ਲਗਾ ਕੇ ਪੀਂਦੇ ਸਮਾਨ ਪੀਂਦਾ ਉਹ ਪੁਲਿਸ ਵਾਲਾ ਨਸ਼ਾ ਕਰਦਾ ਨਸ਼ਾ ਕਰਦੇ ਉਹਨਾਂ ਨੇ ਮੇਰੇ ਕੋ ਮਾਰਨ ਜੋ ਲੜਕਾ ਲੈ ਕੇ ਗਏ ਸੋ ਉਹ ਭਾਗ ਗਿਆ 4 ਵਜੇ ਸੁਬਹ ਮੇਰੇ ਕੋ ਘਰ ਪੇ ਬਤਾਇਆ ਨਹੀਂ ਮੇਰੇ ਮਾਂ ਬਾਪ ਕੋ ਕਿਸ ਕੋ ਲੈ ਕੇ ਜਾ ਰਹੇ ਮੇਰੇ ਮਾਂ ਬਾਪ ਪੁੱਛਦੇ ਨੇ ਕਾ ਲੈ ਕੇ ਜਾ ਰਹੇ ਤੇ ਨਹੀਂ ਬਤਾਇਆ ਮੇਰੇ ਘਰ ਮੇ ਆ ਕੇ ਸਭ ਕੁਝ ਸਾਰਾ ਸਵਾਰ ਕੀ ਲੜ ਦਿਆ ਇਹਨਾਂ ਨੇ ਕਹਿੰਦੇ ਕਿ 10-12 ਲੜਕੇ ਗਏ ਤੇ ਮੈਂ 4 ਨੰਬਰ ਥਾਣੇ ਵਿੱਚ ਤਾਂ ਤੇ ਮੇਰੀ ਮਾਂ ਮੇਰੇ ਕੋ ਰਾਤ ਕੋ ਲੈ ਕੇ ਆਈ ਮਾਂ ਦੇ 9 ਵਜੇ ਮੇਰੇ ਲਈ ਇਹ ਲੋਕ ਆਪ ਵੀ ਆਏ ਮੇਰੇ ਘਰ ਪੇ ਮੇਰੇ ਕੋ ਉਠਾ ਕੇ ਲੈ ਕੇ ਚਲੇ ਗਏ ਪੂਰੀ ਰਾਤ ਪੂਰੀ ਰਾਤ ਤੈਨੂੰ ਕਿੱਥੇ ਰੱਖਿਆ ਗਿਆ ਕਮਰੇ ਦੇ ਅੰਦਰ ਬੰਦ ਕਰਕੇ ਪਿੱਛੇ ਬੰਨ ਕੇ ਰੱਖੀ ਸੀ ਮਾਰਾ ਕੁੱਟਿਆ ਕਿਵੇਂ ਇਹਨਾਂ ਨੇ ਤੈਨੂੰ ਪਾਲੋ 5000 ਦਾ ਵੀ ਦੱਸ ਦੇ ਕੱਲ ਕਿੱਥੋਂ ਲਿੱਤਾ ਵਾ ਨਹੀਂ ਤਾਂ ਮੈਨੂੰ ਮੇਰੀ ਚੀਜ਼ਾਂ ਦੇ ਜਿਹਨੇ ਮੈਨੂੰ ਮੇਰੇ ਪੈਸੇ ਮੰਗਾ ਲਏ ਦੋ ਦੁਕਾਨ ਦੱਸ ਦੋ ਤੈਨੂੰ ਤੈਨੂੰ ਕੁੱਟਿਆ ਕਿਵੇਂ ਕਿਵੇਂ ਇਹਨਾਂ ਨੇ ਕਿਸ ਕਿਸ ਚੀਜ਼ ਨਾਲ ਕੁੱਟਿਆ ਡੰਡੇ ਜੋ ਮਾਰ ਰਹੇ ਤੇ ਔਰ ਪੈਟਰੋਲ ਲਗਾ ਕੇ ਲੈ ਮਿਰਚ ਲਗਾ ਰਹੇ ਤੇ ਡੰਡੇ ਉੱਤੇ ਆਵੇ ਡੰਡੇ ਤੇ ਕਰੇ ਤੇ ਤੇਰੇ ਗਲ ਕੇ ਅੰਦਰ ਮੇਰੇ ਦੇ ਮੁੱਲੇ ਤੇ ਸੱਚ ਮਤਾ ਕਾ ਦੀ ਹੈ ਕਾ ਲੈ ਦੀ ਹੈ ਜਦੋਂ ਮੈਂ ਪੂਰਾ ਡਰ ਗਿਆ ਮੇਰਾ ਸਿਰ ਬਟਾ ਮੈਂ ਦਵਾਈ ਤੱਕ ਨਹੀਂ ਖਾਇਆ ਰਾਤ ਤੱਕ ਦੇ ਕਿਉਂ 5 ਵਜੇ ਕੋਈ ਸੀ ਬਾਤ ਕਰ ਰਹੇ ਜਦੋਂ ਮੈਂ ਵੈਸੇ ਝੂਠ ਕਾ ਬੋਲਾ ਮੇਰੇ ਕੋ ਕੁਝ ਨਹੀਂ ਮਾਲੂਮ ਹੈ 5 ਵਜੇ ਕੋਈ ਬਾਤ ਕੋਈ ਚੋਰੀ ਦਾ ਸਮਾਨ ਇੱਥੇ ਸੁਨਿਆਰੇ ਨੂੰ ਤੂੰ ਵੇਚ ਕੇ ਗਿਆ ਸੀ ਤੂੰ ਕੋਈ ਚੋਰੀ ਦਾ ਸਮਾਨ ਇੱਥੇ ਵੇਚ ਕੇ ਗਿਆ ਸੀ ਇਸ ਸਮਾਨ ਨੂੰ ਤੇ ਫੇਰ ਇੱਥੇ ਤੈਨੂੰ ਲੈ ਕੇ ਕਿਉਂ ਆਏ ਨਾ ਪਹਿਲੇ ਵੇਚਿਆ ਤਾਂ ਮੈਨੇ ਸਮਾਨ ਪਹਿਲੇ ਚੋਰੀ ਕੀਤੀ ਸੀ ਨਹੀਂ ਮਿਲਾ ਤੇ ਸਭ ਕਾ ਇਸੇ ਸੀ ਭਾਜੀ ਆ ਗੱਲ ਕਰਿਓ ਆਨਲਾਈਨ ਦੇਖਦੇ ਪਏ ਸੀ ਉਹਨਾਂ ਕੋ ਸਾਰੀ ਗੱਲ ਸਮਝਿਓ ਹੈਲੋ ਜਿਹੜੇ ਆਪਣੇ ਆਪ ਨੂੰ ਮੁਲਾਜ਼ਮ ਕਹਿ ਰਹੇ ਨੇ ਕੱਲੇ ਉਹਨਾਂ ਵੱਲੋਂ ਕੁੱਟਿਆ ਗਿਆ ਜਾਂ ਹੋਰ ਵੀ ਨਾਲ ਸੀਗੇ ਕੱਲੇ ਉਹਨਾਂ ਵੱਲੋਂ ਕੁੱਟਿਆ ਗਿਆ ਦੇਖਣ ਗਏ ਤੇ ਗਿਆ ਨੀ ਇਹਨਾਂ ਦੇ ਘਰ ਦੇ ਅੰਦਰ ਕੋਈ ਗਿਆ ਸਵੇਰੇ ਆ ਕੇ
ਉਹ ਕਹਿ ਰਿਹਾ ਕਿ ਸੀਸੀਟੀਵੀ ਰਿਕਾਰਡਿੰਗ ਤੇਰੀ ਵੀ ਸ਼ਕਲ ਆਈ ਹੋਈ ਆ ਤੂੰ ਨਾ ਕਰ ਗਿਆ ਮੈਂ ਕਰਦੇ ਤੇ ਲੈ ਗਿਆ ਵਾ ਉਹ ਮੁੰਡਾ ਹੀ ਗਿਆ ਵਾ ਜੋ ਗਿਆ ਵਾ ਕਹਿੰਦਾ ਮੈਂ ਸਮਾਨ ਚੋਰੀ ਨਹੀਂ ਕੀਤੀ ਦੂਜੇ ਮੁੰਡੇ ਚੋਰੀ ਕੀਤੀ ਨਾ ਹੀ ਮੈਂ ਇਹਨਾਂ ਨੂੰ ਜਾਣਦਾ ਭਾਈ ਇਹ बस्ती पावे परे कर यार हुण दोस्तो तुसी इस हाई वोल्टेज ड्रामे बारे की सोचते हो इहदे बारे कमेंट करके जरूर दसना जी ते इस दे विच किसदा किन्ना कसूर है इस बारे भी तुसी अपनी राय दे सकते हो। ऑल टू न्यूज़ चैनल दे विच इन्ना ही। नमस्कार, जय हिंद, सत श्री अकाल।